ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਫਾਸਟ ਨਿਊਜ਼ ਟੂਡੇ ਇਸ ਟਾਈਮ ਸਿੰਘੂ ਬਾਰਡਰ ਤੋਂ ਅਸੀਂ ਕਵਰੇਜ ਦੇ ਰਹੇ ਹਾਂ ਕਿ ਕਿਸਾਨਾਂ ਦੇ ਅੰਦੋਲਨ 'ਚ ਸਿੱਖ ਸੰਸਥਾਵਾਂ ਵੱਲੋਂ ਹਰ ਤਰ੍ਹਾਂ ਦੀ ਸੇਵਾਵਾਂ ਕੀਤੀਆਂ ਜਾ ਰਹੀਆਂ ਇਸੇ ਤਰ੍ਹਾਂ ਹੀ ਯੂਨਾਈਟਡ ਸਿੱਖ ਸੰਸਥਾ ਵੱਲੋਂ ਵੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਦਵਾਈਆਂ ਦੀ ਸੇਵਾ ਕੀਤੀ ਜਾ ਰਹੀ ਹੈ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਖਾਲਸਾ ਐਡ ਵੱਲੋਂ ਵੀ ਅਲੱਗ ਅਲੱਗ ਤਰ੍ਹਾਂ ਦੀ ਇੱਥੋਂ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਉਸ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਹੈ ਜਿਹੜੇ ਕਿੰਨੇ ਦਿਨਾਂ ਤੋਂ ਇਹ ਸੇਵਾ ਕਰ ਰਹੇ ਹੈ ਔਰ ਇਹ ਧਰਨੇ ਨੂੰ ਪ੍ਰੋਟੈਸਟ ਨੂੰ ਜਿਹੜੇ ਕਿਸਾ ਇੱਥੇ ਬੈਠਣ ਆਏ ਆ ਲੋਕ ਆ ਉਹਨਾਂ ਨੇ ਕਿਸ ਤਰ੍ਹਾਂ ਦੀ ਸੇਵਾ ਪ੍ਰੋਵਾਈਡ ਕਰਵਾ ਰਹੇ ਆ ਸਿੱਖ ਸੰਸਥਾਵਾਂ ਹੈ ਜਿਹੜੀਆਂ ਕਿਸਾਨਾਂ ਦੇ ਅੰਦੋਲਨ 'ਚ ਹਰ ਤਰ੍ਹਾਂ ਦੀ ਜਿਹੜੀ ਮਦਦ ਕਰਨ ਲਈ ਉਤਰੀ ਹੋਈ ਹੈ ਜੀ ਅਸੀਂ ਇੱਥੇ ਯੂਨਾਈਟਡ ਸਿੱਖ ਦੀ ਤਰਫੋਂ ਹੈਗੇ ਆ ਅਸੀਂ ਸਾਰੇ ਵਲੰਟੀਅਰ ਜਿਹੜੇ ਇੱਥੇ ਯੂਨਾਈਟਡ ਸਿੱਖ ਦੀ ਤਰਫੋਂ ਹੈਗੇ ਆ ਯੂਨਾਈਟਡ ਸਿੱਖ ਇੱਕ ਸੰਸਥਾ ਹੈ ਜਿਹੜੀ ਪਿਛਲੇ 30 ਸਾਲਾਂ ਤੋਂ ਕੰਮ ਕਰ ਰਹੀ ਹੈ ਔਰ ਇੰਟਰਨੈਸ਼ਨਲੀ ਕਰੀਬਨ 11 ਕੰਟਰੀ 'ਚ ਅਸੀਂ ਸਾਡੇ ਵਲੰਟੀਅਰਸ ਹੈਗੇ ਨੇ ਅਤੇ ਇੱਥੇ ਜਿਸ ਤਰ੍ਹਾਂ ਸਾਡੀ ਜਿਹੜੀ ਸੰਸਥਾ ਹੈ ਉਹ ਬੇਸ ਕੰਮ ਕਰਦੀ ਹੈ ਕਿ ਜਿਸ ਵਕਤ ਜਿਸ ਚੀਜ਼ ਦੀ ਜ਼ਰੂਰਤ ਹੋਵੇ ਹਿਊਮਨ ਰੇਸ ਹੈਗੀ ਉਹਦੇ ਵਿੱਚ ਸਾਨੂੰ ਇਨਸਾਨ ਨੂੰ ਜਿਸ ਵਕਤ ਜਿਸ ਦੀ ਜ਼ਰੂਰਤ ਹੈ ਅਸੀਂ ਉਹ ਚੀਜ਼ ਪ੍ਰੋਵਾਈਡ ਕਰਦੇ ਹਾਂ ਹੁਣ ਆਪ ਜੀ ਦੇਖ ਰਹੇ ਹੋ ਕਿ ਇੱਥੇ ਇੰਨੇ ਦਿਨਾਂ ਤੋਂ 15 ਦਿਨ ਹੋ ਗਿਆ 15 ਦਿਨ ਹੈ ਜਿਹੜੇ ਇੱਥੇ ਧਰਨਾ ਲਗਾ ਕੇ ਬੈਠੇ ਆ ਕਿਸਾਨ ਹੁਣ ਇੰਨੀ ਤਾਦਾਦ ਵਿੱਚ ਇੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਵਕਤ ਮੈਡੀਸਨ ਦੀ ਹੈ ਮੌਸਮ ਚੇਂਜ ਹੋ ਗਿਆ ਲੋਕਾਂ ਨੂੰ ਖਾਂਸੀ ਜ਼ੁਕਾਮ ਬਦਨ ਦਰਦ ਔਰ ਬਹੁਤ ਸਾਰੀ ਤਕਲੀਫਾਂ ਇਹਨਾਂ ਨੂੰ ਹੈ ਅਤੇ ਇਸੇ ਕੋਲ ਸਭ ਤੋਂ ਜ਼ਿਆਦਾ ਜ਼ਰੂਰਤ ਇਹਨਾਂ ਨੂੰ ਇਸ ਚੀਜ਼ ਦੀ ਹੈ ਕਿ ਇੱਥੇ ਮੈਡੀਸਨ ਦੀ ਉਹਨਾਂ ਨੂੰ ਦਿੱਤੀ ਜਾਵੇ ਅਤੇ ਅਸੀਂ ਉਸ ਚੀਜ਼ ਨੂੰ ਦੇਖਦੇ ਹੋਏ ਇੱਕ ਮੈਡੀਸਨ ਦਾ ਸਟਾਲ ਹੈ ਥੋੜ੍ਹਾ ਜਿਹਾ ਮੈਂ ਕਹਾਂਗਾ ਅਗਰ ਤੁਸੀਂ ਆਪਣੇ ਕੈਮਰਾਮੈਨ ਨੂੰ ਕਹੋ ਅਤੇ ਪਾਣੀ ਅਤੇ ਪਾਣੀ ਦੀ ਸੇਵਾ ਇੱਥੇ ਬਹੁਤ ਜ਼ਰੂਰੀ ਹੈ ਨਾਲੇ ਮੈਡੀਸਨ ਦੀ ਬਹੁਤ ਜ਼ਰੂਰੀ ਹੈ ਅੰਦਾਜ਼ਾ ਅਸੀਂ ਇੱਕ ਦਿਨ ਵਿੱਚ ਕਰੀਬਨ 1000 ਤੋਂ 1200 ਬੰਦੇ ਸਾਡੇ ਕੋਲ ਜ਼ਰੂਰ ਆਉਂਦੇ ਹੈ ਕਿ ਜਿਹਨਾਂ ਨੂੰ ਅਲੱਗ ਅਲੱਗ ਤਕਲੀਫਾਂ ਆਏ ਅਤੇ ਅਸੀਂ ਕੋਸ਼ਿਸ਼ ਕਰੀਦਾ ਅਸੀਂ ਆਪਣੀ ਤਰਫ ਸਭ ਸਮਾਨ ਰੱਖਿਆ ਹੋਇਆ ਜਿਹੜੀ ਜਿਹੜੀ ਇਹਨਾਂ ਨੂੰ ਚੀਜ਼ ਦੀ ਜ਼ਰੂਰਤ ਹੋਵੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰੀਏ ਐਮਰਜੈਂਟ ਕੇਸਿਸ ਵਾਸਤੇ ਸਾਡੇ ਕੋਲ ਐਂਬੂਲੈਂਸ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਅਗਰ ਕਿਸੇ ਨੂੰ ਐਮਰਜੈਂਸੀ ਜ਼ਰੂਰਤ ਪਵੇ ਜਿਸ ਤਰ੍ਹਾਂ ਪਰਸੋਂ ਰਾਤੀ ਜੀ ਸਾਡੇ ਕੋਲ ਇੱਕਦਮ ਜ਼ਰੂਰਤ ਪੈ ਗਈ ਕਿਸੇ ਨੂੰ ਕਿ ਉਹਨੂੰ ਲੈ ਕੇ ਜਾਣਾ ਹੈ ਅਤੇ ਅਸੀਂ ਇੱਥੇ ਇੱਕ ਤੋਂ ਹੋਸਪਿਟਲ ਹੈਗੇ ਹੈ ਇੱਥੇ ਕੋਲ ਹੀ ਇੱਥੇ ਕਰਮ ਹੋਸਪਿਟਲ ਹੈਗਾ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੇ ਸਾਡੀ ਇਹ ਦੇਖਦੇ ਹੋਇਆ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਵੀ ਪੇਸ਼ੈਂਟ ਇੱਥੇ ਲੈ ਕੇ ਆਓਗੇ ਅਤੇ ਅਸੀਂ ਉਹਦਾ ਫ੍ਰੀ ਇਲਾਜ ਕਰਾਂਗੇ ਇਹ ਸਾਨੂੰ ਯੂਨਾਈਟਡ ਸਿੱਖ ਦੇ ਮੈਂਬਰ ਹੈਗੇ ਜਿਹੜੇ ਜਿਹਨਾਂ ਨੇ ਵੀ ਇੱਥੇ ਦਵਾਈਆਂ ਦੀ ਹੈ ਜਿਹੜੀ ਸੇਵਾ ਦਿੱਤੀ ਹੋਈ ਹੈ ਉਸ ਨਾਲ ਪਾਣੀ ਦੇ ਹੋਰ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹੈ ਕਿ ਐਂਬੂਲੈਂਸ ਦੀ ਸੇਵਾ ਦਿੱਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਇੱਥੇ ਕਿਸਾਨ ਨੂੰ ਜਾਂ ਇਸ ਧਰਨੇ 'ਚ ਸ਼ਾਮਿਲ ਹੋ ਰਹੇ ਕਿਸੇ ਆਦਮੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਹੋਸਪਿਟਲ ਤੱਕ ਦੀ ਉਹਦੇ ਲੈ ਕੇ ਜਾਣ ਦੀ ਸੇਵਾ ਕਰਦੇ ਹੈ ਇਸੇ ਤਰ੍ਹਾਂ ਹੀ ਅਲੱਗ ਅਲੱਗ ਹੋਰ ਵੀ ਜਿਹੜੇ ਆ ਲੰਗਰਾਂ ਦੀ ਸੇਵਾ ਤੋਂ ਬਿਨਾਂ ਹੋਰ ਕਿਸ ਤਰ੍ਹਾਂ ਦੀ ਜਿਹੜੇ ਇੱਥੇ ਧਰਨੇ 'ਚ ਸੇਵਾਵਾਂ ਕੀਤੀਆਂ ਜਾ ਰਹੀਆਂ ਉਹਨਾਂ ਦੀ ਵੀ ਤੁਹਾਨੂੰ ਕਵਰੇਜ ਦਿੰਦੇ ਹੋਵਾਂਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ